हमारे को चाहे आधा घंटा रोक लो, चाहे दो दिन रोक लो, पर यहीं से जो आपने तार लगा दिया, आप अपनी ड्यूटी करें, हम अपनी ड्यूटी निभाएंगे। हमने यहीं से निकलना है, आज निकल जाए, कल निकल जाए, एक घंटे में निकल जाए। ਕੋਈ ਤੋੜ ਨਹੀਂ ਆਉਂਦੀ ਲੰਗਰਾਂ 'ਚ ਨਾ ਜੀ ਨਾ ਪਨੀਰ ਵਾਲੇ ਪਰੌਂਠੇ ਪੱਕੂਗੇ ਜੀ ਗਰਮ ਹੋਣਾ ਜੀ ਇਸਤਰੀ ਰੱਖ ਲੈ ਫੜ ਕੇ ਆਜੋ ਅੱਜ ਬਾਬਾ ਜੀ ਕਿਵੇਂ ਚਾਹ ਛੱਕੀ ਜਾਂਦੇ ਹੋ ਅੱਜ ਚਾਹ ਛੱਕ ਰਹੇ ਆ ਰਾਤ ਦੀ ਜਿਹੜੀ ਬਾਹਰ ਪਏ ਆ ਤੇਲ ਦੇ ਵਿੱਚ ਰਾਤ ਕੱਟ ਰਹੇ ਆ ਚਾਹ ਦੇ ਨਾਲ ਠੰਡ ਦੂਰ ਕਰੀਦੀ ਆ ਜੀ ਆਪਾਂ ਵੈ ਪਛੋਕਰ ਤੇ ਸਾਡਾ ਪੰਜਾਬ ਦੇ ਅੰਮ੍ਰਿਤਸਰ ਨੂੰ ਆਪਾਂ ਪਰ ਰਹਿਣ ਵਾਲੇ ਲੋਕਲ ਹੋਣ ਦਿੱਲੀ ਦੇ ਆ ਠੀਕ ਹੈ ਜੀ ਕਾਰੋਬਾਰ ਸਾਰੇ ਸਾਰੇ ਇੱਥੇ ਸੈੱਟ ਆ ਕਿੱਦਣ ਤੋਂ ਲਾਇਆ ਵੀਰੇ ਲੰਗਰ ਵੀਰ ਜੀ ਆਪਾਂ ਜਿਸ ਦਿਨ ਫਸਟ ਡੇ ਜਿਸ ਕਰਤ ਸਿੰਘ ਜੀ ਆਏ ਸੀ ਹਾਂਜੀ ਕਾਰ ਸਿੰਘ ਵਾਲੇ ਉਹ ਉਹਨਾਂ ਨੂੰ ਅਰੈਸਟ ਕੀਤਾ ਜੀ ਇੱਥੇ ਮਜਨੂ ਢਿੱਲੇ ਗੁਰਦੁਆਰੇ ਦੇ ਕੋਲੇ ਅੱਛਾ ਜੀ ਹਰੀਨਗਰ ਲੈ ਗਏ ਸੀ ਉਹਨਾਂ ਨੂੰ ਹਾਂਜੀ ਤੇ ਆਪਾਂ ਉਸ ਦਿਨ ਤੋਂ ਉਹਨਾਂ ਨਾਲ ਆ ਸਾਡਾ ਲੰਗਰ ਬਰਾੜੀ ਵੀ ਚੱਲਣ ਦਿਆ ਰੋਪੜ ਤੋਂ ਕਗਰਾਲੀ ਪਿੰਡ ਆਪਣਾ 95 ਮਾਡਲ ਹੈ ਜੀ ਸੋਹਣੀ ਤਾਂ ਤੁਹਾਨੂੰ ਫੁੱਲ ਚੜਾਈ ਕਰੀਏ ਜੀ ਇਹ ਜੋਧਾ ਉਹੀ ਹੈ ਇਹੀ ਮੂਰੇ ਦਾ ਠੀਕ ਹੈ ਜੀ ਕੁਲਵੀਰ ਭਾਈ ਮਗਰ ਸਾਡੇ ਉੱਤੋਂ ਇੰਨਾ ਕੇ ਬੱਚੇ ਭੱਜ ਪੁੱਜ ਗਏ ਅਸੀਂ ਥੱਲੇ ਜਦੋਂ ਉੱਥੇ ਮੁੜ ਕੇ ਉੱਠ ਕੇ ਆਪਣਾ ਸਾਂਭ ਕੇ ਸਰੀਰ ਅਸੀਂ ਆਪਣਾ ਹਥਿਆਰ ਸਾਡੇ ਕੋਲ ਅਸੀਂ ਫੜ ਗਿਆ ਫੜ ਕੇ ਫਿਰ ਤੁਹਾਨੂੰ ਥੋੜਾ ਜਿਹਾ ਇਸ਼ਾਰਾ ਤਾਂ ਵੀ ਤੁਸੀਂ ਹੁਣ ਜਿਹੜਾ ਕਰਨਾ ਕਰ ਲਓ ਤੁਹਾਨੂੰ ਅਸੀਂ ਛੇੜਿਆ ਨਹੀਂ ਆ ਇਹ ਤੁਸੀਂ ਸਾਨੂੰ ਬੈਠਿਆ ਨਹੀਂ ਕਿਉਂਕਿ ਘਰ ਰਹਿਣ ਦੇ ਕਰੋ ਫਿਰ ਕੀ ਕਾਰਵਾਈ ਕਰਦਾ ਜੀ ਠੀਕ ਹੈ ਜੀ ਉਹਨਾਂ ਨੇ ਫਿਰ ਉਹ ਗੋਲੇ ਜਿਹੜੇ ਉਹ ਘੇਰੇ ਕਰਾਉਣੇ ਸ਼ੁਰੂ ਕਰਤਾ ਵੀ ਇਹਨੂੰ ਭਜਾ ਦੀ ਹੁਣ ਇਕੱਲਾ ਵਾਏ ਉਹ ਕਰਦਿਆਂ ਕਿਉਂ ਜਦੋਂ ਭੱਜਿਆ ਨਾ ਬੱਚੇ ਤੋਂ ਨੰਗੇ ਤਾਂ ਮੇਰਾ ਮਿਆਨ ਜਿਹੜਾ ਢਿੱਲਾ ਹੋ ਗਿਆ ਅਤੇ ਇਹ ਡਿੱਗ ਪਿਆ ਅੱਛਾ ਜੀ ਇੱਕ ਤਲਵਾਰ ਜਿਹੜੀ ਨੰਗੀ ਹੋ ਗਈ ਪਰ ਮੈਂ ਨੰਗੀ ਹੱਥ ਰੱਖ ਤੇਰਾ ਮਿਆਨ ਥੱਲੇ ਚੁੱਕ ਲਿਆ ਅੱਛਾ ਜੀ ਇਹ ਝੰਡਾ ਵੀ ਮੇਰੇ ਹੱਥ 'ਚ ਸੀ ਅੱਛਾ ਜੀ ਉਹ ਫਿਰ ਮੈਂ ਉਦੋਂ ਫਿਰ ਮੈਂ ਲਟਕਾ ਰਿਹਾ ਮੈਂ ਹੁਣ ਆਓ ਥੱਲੇ ਜਾਓ ਜਾਂ ਸਾਹਮਣੇ ਆਓ ਜਾਂ ਗੋਲੀ ਮਾਰੋ ਇਹਨੇ ਕਰਦੇ ਹੁਣ ਜਿਉਂ ਉਹ ਕਰਦੇ ਕਰੋ ਮੁੜ ਕੇ ਆਪਾਂ ਤਾਂ ਵੀ ਲੱਖੜੀ ਗੋਲੀ ਲੱਗੀ ਆ ਕਿੰਨੀ ਮਾਰਿਆ ਉਹਨਾਂ ਨੇ ਉਹਦਾ ਫਿਰ ਚੱਕ ਹੋਇਆ ਚੰਡਾ ਕੇ ਲੱਗੇ ਅੱਖ ਠੀਕ ਆ ਵੈਸੇ ਅੱਖ ਠੀਕ ਨਿਗਾਹ ਨੂੰ ਕੋਈ ਫਰਕ ਤਾਂ ਨਹੀਂ ਨਹੀਂ ਬਿਲਕੁਲ ਚਲੋ ਡੰਗ ਫਰਕ ਪਿਆ ਥੋੜਾ ਵੀ ਉਹ ਖੂਨ ਜਿਹਾ ਜ਼ਿਆਦਾ ਹੋ ਗਿਆ ਸੀ ਵਿੱਚ ਸੋਸ ਆਈ ਪਈ ਹਾਂਜੀ ਹਾਂਜੀ ਹੁਣ ਕੋਈ ਫਰਕ ਨਹੀਂ ਚਲੋ ਚੜ੍ਹਦੀ ਕਲਾ ਜੀ ਮਹਾਰਾਜ ਕਿਰਪਾ ਕਰਨ ਰਾਸ਼ਨ ਆਇਆ
ਜਿਹੜੇ ਕਿਹੜੀ ਜਗ੍ਹਾ ਤੋਂ ਆਏ ਆ ਜੀ? ਭਾਈ ਅਮਰੀਕਾ ਤੋਂ ਜੀ। ਠੀਕ ਹੈ, ਕਿੰਨੇ ਕੁ ਦਿਨ ਹੋ ਗਏ ਆਇਆਂ ਨੂੰ? ਭਾਈ 25 ਤਰੀਕ ਦੇ ਆਇਆਂ ਭਾਈ। ਹਾਂਜੀ 25 ਤਰੀਕ ਦੇ ਆਇਆਂ ਭਾਜੀ, 25 ਤਰੀਕ। ਠੀਕ ਹੈ, ਅਮਰੀਕਾ ਚੱਲਦਾ ਸਹੀ। ਕਿੱਦਾਂ ਕੀ ਹਿਸਾਬ ਤਾਂ ਵਾ, ਕਦੋਂ ਮੁੜੋਗੇ? ਆਪਣਾ ਵਧੀਆ ਜਗਾੜ ਕੀਤਾ। ਕਿੰਨੀ ਉਮਰ ਹੋ ਗਈ? ਮੇਰੀ ਉਮਰ ਹੋ ਗਈ ਜੀ 70 ਸਾਲ ਦੀ। ਕਿਵੇਂ ਚੜ੍ਹਦੀ ਕਲਾ ਚ ਜੀ? ਹਾਂਜੀ ਪੂਰੀ ਪੂਰੀ ਹੈ ਜੇ। ਇਹਦਾ ਮੋਦੀ ਦੇ ਨਾਲ ਗਲਾਤੇ ਚੜ੍ਹਦੀ ਕਲਾ ਚ ਰਹਿੰਦੇ ਆ ਜੀ। ਆ ਇੱਥੇ ਜੀ ਖੀਰ ਦਾ ਲੰਗਰ ਲਾਇਆ ਹੋਇਆ, ਮਾਨਸੇ ਤੋਂ ਆਈ ਸੰਗਤ ਅਤੇ ਬਾਬਾ ਜੀ ਹੁਣੀ ਬੈਠੇ ਨੇ ਜੀ। ਉਹਨਾਂ ਨਾਲ ਮੈਂ ਗੱਲਬਾਤ ਕਰ ਰਿਹਾ ਸੀਗਾ ਜੀ। ਸੋ ਕਿੰਨੇ ਕੁ ਚਿਰ ਦਾ ਰਾਸ਼ਨ ਲੈ ਕੇ ਆਏ ਜੀ ਆਪਾਂ? ਰਾਸ਼ਨ ਅੱਛਾ ਜੀ, ਬੇਅੰਤੀ ਭੇਜੀ ਜਾਂਦੀ ਹੈ ਮਗਰ। ਵਾਹ, ਚੜ੍ਹਦੀ ਕਲਾ ਪਤਾ ਕਿੱਥੋਂ ਆਉਂਦਾ ਕਿੱਥੋਂ ਨਹੀਂ ਆਉਂਦਾ। ਆਹ ਸਾਰਾ ਇਹਨਾਂ ਦਾ ਰਾਸ਼ਨ ਹੈ ਜੀ। ਇੱਕ ਉਹ ਟਰਾਲੀ ਇੱਕ ਇਹਦੇ ਵਿੱਚ ਪੂਰਾ ਭਰਿਆ ਹੋਇਆ। ਕਹਿੰਦੇ ਜਿੰਨਾ ਚਿਰ ਬੈਠੇ ਆ ਖੀਰ ਦਾ ਲੰਗਰ ਰੋਜ਼ ਚੱਲੂਗਾ, ਨਾਲ ਚਾਹ ਦਾ ਬਿਲਕੁਲ। ਠੀਕ ਹੈ ਜੀ। ਕਿਸੇ ਦੇ ਪਿਓ ਦੀ ਨੀ ਜਗੀਰ ਵੱਟਾਂ ਸਾਡੀਆਂ, ਆਸ਼ਕੀ ਅਸੀਂ ਤੇ ਸਾਡੀ ਹੀਰ ਵੱਟਾਂ ਸਾਡੀਆਂ। ਹੁਣ ਪਾਣੀ ਸਿਰਾਂ ਉੱਪਰੋਂ ਦੀ ਵਹਿ ਗਿਆ ਦਿੱਲੀਏ, ਪਾਣੀ ਸਿਰਾਂ ਉੱਪਰੋਂ ਦੀ ਵਹਿ ਗਿਆ ਦਿੱਲੀਏ ਨੀ ਅਸੀਂ ਵੱਟਾਂਗੇ। ਜੇ ਸਾਡੀ ਪੈਲੀ ਚ ਬਗਾਨਾ ਪੈਰ ਪੈ ਗਿਆ ਦਿੱਲੀਏ ਨੀ ਅਸੀਂ ਵੱਟਾਂਗੇ। ਖੇਤਾਂ ਚ ਬਗਾਨਾ ਕੋਈ ਬਹਿ ਗਿਆ ਦਿੱਲੀਏ ਨੀ ਅਸੀਂ ਵੱਟਾਂਗੇ। ਆਏ ਸੀ ਜਾਇਆ ਕਰਾਂਗੇ ਠੋਰ ਠੋਰ ਕਰਕੇ। ਰਾਹ ਚ ਇਹਨਾਂ ਸਰਕਾਰਾਂ ਦੇ ਗੁੰਡੇ ਹੋਏ ਜਿਹੜੇ ਇਹਨਾਂ ਦਾ ਜੀ ਮੋਗੇ ਜ਼ਿਲ੍ਹੇ ਤੋਂ ਆਏ ਹੋਏ ਆ। ਇਹਨਾਂ ਦਾ ਲੰਗਰ ਲੱਗਦਾ ਇੱਥੇ ਸਵੇਰ ਨੂੰ, ਅਤੇ ਇਸ ਲਈ ਹਾਂਜੀ ਇਸ ਲਈ ਦੋ ਬਜ਼ੁਰਗ ਲੰਗਰ 'ਤੇ ਬੈਠੇ ਆ, ਅਤੇ ਬਾਈ ਹੁਣੀ ਟਰੈਕਟਰ 'ਤੇ ਬੈਠੇ ਆ ਆਪਣੇ ਦੇ ਟਰਾਲੀ ਨਾਲ ਆ। ਬਾਕੀ ਸੰਗਤ ਸੌਂ ਰਹੀ ਆ। ਇਹ ਵਧੀਆ ਸੋਚ ਆ ਕਿ ਨਾਲ ਨਾਲ ਕਿਹਣਾ ਡਿਊਟੀ 'ਤੇ ਰਹੇ ਇੱਦਾਂ ਕਿ ਕੋਈ ਸ਼ਰਾਰਤੀ ਅਨਸਰ ਸ਼ਰਾਰਤ ਨਾ ਕਰੇ।